ਸਾਸਿਕਾਲ ਮੈਂ ਹਾਂ ਨੀਹਾ ਸ਼ਰਮਾ ਤੇ ਤੁਸੀਂ ਦੇਖ ਰਹੇ ਹੋ ਪਰਵਾਸੀ ਟੀਵੀ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਅੱਜ ਦੀਆਂ ਮੁੱਖ ਖਬਰਾਂ ਦੇ ਨਾਲ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਸੀਨੀਅਰ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਅੱਜ ਚੰਡੀਗੜ੍ਹ ਵਿਖੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਤੇ ਜੰਮ ਕੇ ਬਰੇ ਪੰਜਾਬ ਦਾ ਪੈਸਾ ਜੋ ਬਾਰੀ ਸੂਬਿਆਂ ਵਿੱਚ ਪ੍ਰਚਾਰ ਲਈ ਮਾਨ ਸਰਕਾਰ ਵੱਲੋਂ ਖਰਚ ਕੀਤਾ ਜਾ ਰਿਹਾ ਹੈ ਉਸ ਮੁੱਦੇ ਨੇ ਲੈ ਕੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਮਾਨ ਸਰਕਾਰ ਦੱਸੇ ਕਿ ਉਹ ਕਿਉਂ ਪੰਜਾਬ ਦੇ ਲੋਕਾਂ ਦਾ ਪੈਸਾ ਦਿੱਲੀ ਅਤੇ ਹੋਰਨਾ ਬਾਰੀ ਸੂਬਿਆਂ ਵਿੱਚ ਬਰਬਾਦ ਕਰਨ ਤੇ ਧੁਲੀ ਹੋਈ ਹੈ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਮਾਨ ਸਰਕਾਰ ਪੰਜਾਬ ਦੇ ਭਵਿੱਖ ਨਾਲ ਖਿਲਵਾੜ ਕਰ ਰਹੀ ਹੈ ਉਹਨਾਂ ਮੁੱਖ ਮੰਤਰੀ ਮਾਨ ਤੇ ਨਿਸ਼ਾਨੇ ਸਾਧਦੇ ਹੋਏ ਕਿਹਾ ਕਿ ਉਹ ਬਾਰੀ ਰਾਜਾਂ ਵਿੱਚ ਜੋ ਵਿਸ਼ੇਸ਼ ਹੈਲੀਕਾਪਟਰ ਲੈ ਕੇ ਘੁੰਮਦੇ ਹਨ ਉਸ ਤੇ ਰੋਜ਼ਾਨਾ ਲੱਖਰ ਰੁਪਏ ਖਰਚ ਹੋ ਰਿਹਾ ਉਸ ਦਾ ਹਿਸਾਬ ਕੌਣ ਦੇਵੇਗਾ ਉਨਾ ਕਿਆ ਕਿ ਸਰਕਾਰ ਦੀਆਂ ਗਲਤ ਨੀਤੀਆਂ ਨੇ ਪੰਜਾਬ ਨੂੰ ਹੋਰ ਵੀ ਜ਼ਿਆਦਾ ਕਰਜ਼ਈ ਕਰ ਦਿੱਤਾ ਹੈ। ਉਹਨਾਂ ਹੋਰ ਵੀ ਕਈ ਮਾਮਲੇ ਤੇ ਪੰਜਾਬ ਦੀ ਭਗਵੰਤਮਾਨ ਸਰਕਾਰ ਨੂੰ ਘੇਰਿਆ। ਉਹਨਾਂ ਕਿਹਾ ਕਿ ਭਗਵੰਤਮਾਨ ਨੇ ਪੰਜਾਬ ਨੂੰ ਅਤੇ ਪਾਵਰ ਕਾਮ ਨੂੰ ਗਹਿਣੇ ਰੱਖ ਦਿੱਤਾ ਹੈ। ਸਿੱਧੂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤਮਾਨ ਕਰਜ਼ਾ ਲੈ ਕੇ ਸਰਕਾਰ ਚਲਾ ਰਹੇ ਹਨ। ਉਹਨਾਂ ਕਿਹਾ ਕਿ ਜੇਕਰ ਅਜਿਹਾ ਨਹੀਂ ਹੈ ਤਾਂ ਉਹ ਪੰਜਾਬ ਦੇ ਰਾਜਪਾਲ ਬੀਰ ਪ੍ਰੋਹਿਤ ਨੂੰ ਖਰਚ ਕੀਤੇ ਗਏ 50 ਹਜ਼ਾਰ ਕਰੋੜ ਰੁਪਏ ਦਾ ਹਿਸਾਬ ਦੇਣ। ਜਿੰਨੇ ਵੀ ਆਪ ਦੇਖ ਲੀਜੀਏ ਉਹਨਾਂ ਨੇ ਆਪਣੇ ਪੈਸੇ ਡਬਲ ਕੀਏ ਹਨ। ਕਰਜ਼ਾ ਲੈ ਕੇ ਆਦੇਸੇ ਆਦੇ ਨਹੀਂ ਕੀਏ ਇਹ ਕਿੱਥੋਂ ਦੀ ਇਕਨੋਮੀ ਹੈ ਵੀ ਜਿਹੜੇ ਲੋਕਾਂ ਦੇ ਪੈਸੇ ਖਾਜੋ ਤੇ ਕਰਜ਼ਾ ਲੈ ਕੇ ਕਰਜ਼ੇ ਮੁੜ ਜਾਓ ਮੈਂ ਕਹਿੰਦਾ ਇੱਕ ਪੋਲੀਟਿਸ਼ੀਅਨ ਦਾ ਘਰ ਦਿਖਾਓ ਜਿਸ ਦਾ ਘਰ ਹੋ 1 ਕਰੋੜ ਦਾ ਔਰ ਕਰਜ਼ਾ ਹੋ 100 ਕਰੋੜ ਇੱਕ ਇੱਕ ਵਾਰ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦਾ ਮਾਮਲਾ ਦਰਜ ਹੋਣ ਤੋਂ ਬਾਅਦ ਪ੍ਰਤਿੰਦਰ ਸਿੰਘ ਚਹਿਲ ਦੀ ਗ੍ਰਿਫਤਾਰੀ ਪੰਜਾਬ ਬਿਜ਼ਨਸ ਲਈ ਇੱਕ ਚੁਣੌਤੀ ਬਣ ਗਈ ਹੈ ਅੱਜ ਬੁੱਧਵਾਰ ਨੂੰ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰ ਰਹੇ ਪ੍ਰਤਿੰਦਰ ਸਿੰਘ ਚਹਿਲ ਦੀ ਪਟਿਆਲਾ ਸਥਿਤ ਘਰ ਤੇ ਪੰਜਾਬ ਬਿਜ਼ਨਸ ਬਿਊਰੋ ਵੱਲੋਂ ਰੇਡ ਕੀਤੀ ਗਈ ਪਰੰਤੂ ਬਿਜ਼ਨਸ ਅਧਿਕਾਰੀ ਅੱਧੇ ਘੰਟੇ ਤੱਕ ਦਰਵਾਜ਼ਾ ਖੁੱਲਣ ਦਾ ਇੰਤਜ਼ਾਰ ਕਰਦੇ ਰਹੇ ਡੋਰ ਬੈਲ ਵਜਾਉਂਦੇ ਰਹੇ ਪਰੰਤੂ ਘਰ ਦੇ ਅੰਦਰੋਂ ਕੋਈ ਹਲਚਲ ਨਹੀਂ ਹੋਈ ਜਿਸ ਤੋਂ ਬਾਅਦ ਬਿਜ਼ਨਸ ਬਿਊਰੋ ਦੀ ਟੀਮ ਵਾਪਸ ਪਰਤਾਈ ਜੇਕਰ ਬਿਜ਼ਨਸ ਅਧିକਾਰੀ ਦੀ ਮੰਨੀਏ ਤਾਂ ਗੁਪਤ ਸੂਚਨਾ ਮਿਲਨ ਤੋਂ ਬਾਅਦ ਹੀ ਟੀਮ ਚਹਿਲ ਨੂੰ ਗ੍ਰਿਫਤਾਰ ਕਰਨ ਲਈ ਪਹੁੰਚੀ ਸੀ ਪਰੰਤੂ ਬਿਜ਼ਨਸ ਨੂੰ ਅਜ ਵੀ ਬੇਰੰਗ ਹੀ ਪਰਤਣਾ ਪਿਆ ਬਿਜ਼ਨਸ ਬਿਊਰੋ ਪਟਿਆਲਾ ਨੇ ਭਰਤਿੰਦਰ ਸਿੰਘ ਚਹਿਲ ਖਿਲਾਫ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿੱਚ ਲੰਘੇ ਅਗਸਤ ਮਹੀਨੇ ਵਿੱਚ ਕੇਸ ਦਰਜ ਕੀਤਾ ਸੀ bizness ਵੱਲੋਂ ਚਹਲ ਪਰਿਵਾਰ ਦੀ ਕੁੱਲ ਆਮਦਨ 7 ਕਰੋੜ 85 ਲੱਖ ਰੁਪਏ ਦੱਸੀ ਗਈ ਹੈ ਜਦਕਿ ਉਹਨਾਂ ਦਾ ਖਰਚਾ 33 ਕਰੋੜ 79 ਲੱਖ ਰੁਪਏ ਤੋਂ ਵੀ ਜ਼ਿਆਦਾ ਸੀ bizness ਨੇ ਆਪਣੇ ਕੇਸ ਵਿੱਚ ਚਹਲ ਦੇ ਸਰਹੰਦ ਰੋਡ ਤੇ ਵੈਡਿੰਗ ਰਿਜ਼ੋਰਟ ਸ਼ਾਪਿੰਗ ਮਾਲ ਤੇ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਪਿੰਡ ਮਲਾਹੇੜੀ ਅਤੇ ਹਰਬੰਸਪੁਰਾ ਦੀ ਜ਼ਮੀਨ ਦਾ ਵੀ ਜ਼ਿਕਰ ਕੀਤਾ ਹੈ ਹਲਕਾ ਖਡੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੇ ਤਰਨਤਾਰਨ ਦੇ ਐਸਐਸਪੀ ਗੁਰਮੀਤ ਸਿੰਘ ਚੋਹਾਨ ਤੇ ਕਈ ਗੰਭੀਰ aarop ਲਗਾਏ। ਲਾਲਪੁਰਾ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਸਾਂਝੀ ਕੀਤੀ ਜਿਸ ਵਿੱਚ ਉਹਨਾਂ ਐਸਐਸਪੀ ਤੇ aarop ਲਗਾਉਂਦੇ ਹੋਏ ਆਪਣੀ ਸਿਕਿਉਰਿਟੀ ਵਾਪਸ ਕਰਨ ਦੀ ਗੱਲ ਵੀ ਆਖੀ ਹੈ। ਵਿਧਾਇਕ ਨੇ ਅੱਗੇ ਕਿਹਾ ਕਿ ਐਸਐਸਪੀ ਮੈਂ ਤਾਂ ਸਮਝਦਾ ਸੀ ਕਿ ਤੂੰ ਸਿਰਫ ਚੋਰਾ ਨਾਲ ਹੀ ਰਲਿਆ ਹੋਇਆ ਹੈ ਪਰੰਤੂ ਮੈਨੂੰ ਤਾਂ ਹੁਣ ਪਤਾ ਲੱਗਿਆ ਕਿ ਤੂੰ ਘਰ ਵੀ ਹੈ। ਉਹਨਾਂ ਅੱਗੇ ਕਿਹਾ ਕਿ ਐਸਐਸਪੀ ਇੱਕ ਮਹੀਨੇ ਦੇ ਲਈ ਅਧਿਕਾਰੀਆਂ ਦੀ ਨੁਕਤੀ ਕਰਦਾ ਹੈ ਤੇ ਉਹਨਾਂ ਕੋਲ ਪੈਸੇ ਐਸਐਸਪੀ ਗੁਰਮੀਤ ਸਿੰਘ ਚੋਹਾਨ ਨੇ ਕਿਹਾ ਕਿ ਵਿਧਾਇਕ ਵੱਲੋਂ ਉਹਨਾਂ ਤੇ ਜੋ ਵੀ ਗੰਭੀਰ ਆਰੋਪ ਲਗਾਏ ਗਏ ਹਨ ਉਹ ਇਸ ਦਾ ਜਵਾਬ ਨਹੀਂ ਦੇਣਗੇ ਉਹਨਾਂ ਕਿਹਾ ਕਿ ਇਸ ਸੰਬੰਧੀ ਜਵਾਬ ਉਹਨਾਂ ਦੇ ਸੀਨੀਅਰ ਅਧਿਕਾਰੀ ਹੀ ਦੇਣਗੇ ਵਿਧਾਇਕ ਦੇ ਰਿਸ਼ਤੇਦਾਰਾਂ ਦੀ ਗ੍ਰਿਫਤਾਰੀ ਸੰਬੰਧੀ ਗੱਲ ਕਰਦਿਆਂ ਐਸਐਸਪੀ ਨੇ ਦੱਸਿਆ ਕਿ ਗੈਰ ਕਾਨੂੰਨੀ ਮਾਈਨਿੰਗ ਦੀ ਸੂਚਨਾ ਮਿਲਣ ਤੇ ਕੀਤੀ ਗਈ ਛਾਪੇਮਾਰੀ ਵਿੱਚ ਫੜੇ ਗਏ ਵਿਅਕਤੀਆਂ ਚੋਂ ਇੱਕ ਵਿਅਕਤੀ ਵਿਧਾਇਕ ਦਾ ਰਿਸ਼ਤੇਦਾਰ ਹੈ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਅੱਜ ਬੁੱਧਵਾਰ ਨੂੰ ਵੀ ਵਕੀਲਾਂ ਦੀ ਹੜਤਾਲ ਕਾਰਨ ਕੰਮਕਾਜ ਪ੍ਰਭਾਵਿਤ ਹੋਇਆ ਹੈ ਹਾਈ ਕੋਰਟ 바ਰ ਐਸੋਸੀਏਸ਼ਨ ਨੇ ਸ੍ਰੀ ਮਕਸਦ ਸਾਹਿਬ ਦੀਪ ਪੁਲਿਸ ਵੱਲੋਂ 바ਰ ਐਸੋਸੀਏਸ਼ਨ ਦੇ ਮੈਂਬਰ ਐਡਵੋਕੇਟ ਬਰਿੰਦਰ ਸਿੰਘ ਤੇ ਕੀਤੇ ਅਨਮਨੁੱਖੀ ਤਸ਼ੱਦਦ ਵਿਰੁੱਧ ਕਾਰਵਾਈ ਕਰਨ ਲਈ ਹੜਤਾਲ ਕੀਤੀ ਹੈ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ 29 ਸਤੰਬਰ ਤੱਕ ਦਾ ਅਲਟੀਮੇਟਮ ਦਿੱਤਾ ਹੈ 바ਰ ਐਸੋਸੀਏਸ਼ਨ ਨੇ ਮੁੱਖ ਮੰਤਰੀ ਮਾਨ ਕੋਲ ਸੱਤ ਮੰਗਾਂ ਰੱਖੀਆਂ ਹਨ ਤੇ ਕਿਹਾ ਗਿਆ ਹੈ ਕਿ ਇਹਨਾਂ ਮੰਗਾਂ ਦੀ ਪੂਰਤੀ ਹੋਣ ਤੱਕ ਹੜਤਾਲ ਅਣਮਿੱਥੇ ਸਮੇਂ ਲਈ ਜਾਰੀ ਹੈ ਦੇ ਨਾਲ ਹੀ ਪਾਜਪਾ ਦੇ ਲੀਗਲ ਸੈੱਲ ਦੇ ਕਨਵੀਨਰ ਐਨ ਕੇ ਵਰਮਾ ਨੇ ਵੀ ਪੁਲਿਸ ਮੁਲਾਜ਼ਮਾਂ ਤੇ ਗੰਭੀਰ aarop ਲਗਾਏ ਹਨ ਇਸੇ ਦੌਰਾਨ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਕੀਲਾਂ ਨੇ ਅੱਜ ਹਾਈ ਕੋਰਟ ਦੇ ਵਿਹੜੇ ਵਿੱਚ ਰੋਸ ਪ੍ਰਦਰਸ਼ਨ ਕਰਦੇ ਹੋਏ ਆਰੋਪੀ ਪੁਲਿਸ ਕਰਮਚਾਰੀਆਂ ਖਿਲਾਫ ਵੰਦੀ ਕਾਰਵਾਈ ਕਰਨ ਸਮੇਤ ਮਾਮਲੇ ਦੀ ਜਾਂਚ ਕਿਸੇ ਬਾਹਰੀ ਏਜੰਸੀ ਤੋਂ ਕਰਵਾਉਣ ਦੀ ਮੰਗ ਕੀਤੀ ਹੈ ਵਕੀਲਾਂ ਨੇ ਕਿਹਾ ਕਿ ਪੰਜਾਬ ਪੁਲਿਸ ਮਾਮਲੇ ਦੀ ਨਿਰਪੱਖ ਜਾਂਚ ਨਹੀਂ ਕਰ ਸਕਦੀ ਵਕੀਲਾਂ ਦਾ આરોਪ ਹੈ ਕਿ ਪੁਲਿਸ ਥਾਣੇ ਦੇ ਬਾਹਰ ਨਿਕਲਦੇ ਹੀ ਐਡਵੋਕੇਟ ਵਰਿੰਦਰ ਸਿੰਘ ਨਾਲ ਪੁਲਿਸ ਕਰਮਚਾਰੀਆਂ ਨੇ ਮਾਰਕੁੱਟ ਕੀਤੀ ਤੇ ਫਿਰ ਉਸ ਨੂੰ ਸੀਆਈਏ ਦਫ਼ਤਰ ਵਿੱਚ ਲਿਜਾ ਕੇ ਅਨਮਨੁੱਖੀ ਵਿਵਹਾਰ ਕੀਤਾ ਗਿਆ ਪੂਰੇ 바ਰ ਕਾਉਂਸਲ ਨੂੰ ਸਾਰੇ 바ਰ ਕਾਉਂਸਲ ਦੇ ਮੈਂਬਰ ਸਹਿਬਾਨ ਔਰ ਜੋ ਵੀ ਮੀਟਿੰਗ ਦੇ ਵਿੱਚ ਹਾਜ਼ਰ ਹੋਏ ਉਹਨਾਂ ਸਾਰਿਆਂ ਨੂੰ ਇਹ ਭਰੋਸਾ ਕਿ ਸਾਡੀਆਂ ਜਿਹੜੀਆਂ ਮੰਗਾਂ ਨੇ ਮੰਨੀਆਂ ਜਾਣਗੀਆਂ ਔਰ ਅਸੀਂ ਇਸ ਸਰਵਾਈ ਦੇ ਲਈ ਇਸ ਜੋ ਜਿਹੜਾ ਸਾਨੂੰ ਭਰੋਸਾ ਦਿੱਤਾ ਸੀ ਐਨ ਸਾਹਿਬ ਨੇ ਔਰ ਸਾਨੂੰ ਵੀ ਭਰੋਸਾ ਕਿ ਇਹ ਮੰਗਾਂ ਸਾਡੀਆਂ ਮੰਨੀਆਂ ਜਾਣਗੀਆਂ ਪੰਜਾਬ ਵਿੱਚ ਨਸ਼ਾ ਦੇ ਕਾਰੋਬਾਰ ਨੂੰ ਰੋਕਣ ਵਿਗੜ ਰਹੇ ਲਾਅ ਐਂਡ ਆਰਡਰ ਨੂੰ ਸੁਧਾਰਨ ਤੇ ਹੜਪ੍ਰਭਾਵਿਤ ਲੋਕਾਂ ਨੂੰ ਮੁਆਵਜ਼ਾ ਦੇਣ ਅਜਿਹੇ ਮੰਗਾਂ ਲੈ ਕੇ ਅਕਾਲੀ ਦਲ ਬਾਦਲ ਵੱਲੋਂ ਅੱਜ ਫਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਸਾਹਮਣੇ ਰੋਸ ਧਰਨਾ ਦਿੱਤਾ ਗਿਆ ਧਰਨੇ ਦੀ ਅਗਵਾਈ ਸ਼ੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸੰਸਦ ਮੈਂਬਰ ਸੁਖਬੀਰ ਸਿੰਘ ਬਾਦਲ ਨੇ ਕੀਤੀ ਇਸ ਧਰਨੇ ਨੂੰ ਸੰਬੋਧਨ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਆਖਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਅਨੇਕਾਂ ਮਸਲੇ ਅਣਗੌਲੀਆਂ ਕਰਕੇ ਅਰਵਿੰਦ ਕੇਜਰੀਵਾਲ ਦੀ ਸੇਵਾ ਵਿੱਚ ਲੱਗੇ ਹੋਏ ਹਨ ਉਨ੍ਹਾਂ ਕਿਹਾ ਕਿ ਬੀਤੇ ਡੇਢ ਸਾਲ ਵਿੱਚ ਹੀ ਪੰਜਾਬ ਸਰਕਾਰ ਨੇ 50 ਕਰੋੜ ਰੁਪਏ ਦਾ ਕਰਜ਼ਾ ਲਿਆ ਹੈ ਉਹਨਾਂ ਕਿਹਾ ਕਿ ਜੇ ਇਹੋ ਹਾਲ ਰਿਹਾ ਤਾਂ ਪੰਜਾਬ ਦਾ ਹਾਲ ਆਉਣ ਵਾਲੇ ਸਾਲਾਂ ਵਿੱਚ ਪਾਕਿਸਤਾਨ ਵਰਗਾ ਹੋਵੇਗਾ ਸੁਖਬੀਰ ਬਾਦਲ ਨੇ આરોਪ ਲਗਾਇਆ ਕਿ ਪੰਜਾਬ ਸਰਕਾਰ ਨੇ ਹੜਾ ਦਾ ਮੁਆਵਜ਼ਾ ਨਹੀਂ ਦਿੱਤਾ ਇਸ ਤੋਂ ਪਹਿਲਾਂ ਸੰਬੋਧਨ ਕਰਦਿਆਂ ਸਾਬਕਾ ਕੈਬਨਟ ਮੰਤਰੀ ਜਨਮਜੀਤ ਸਿੰਘ ਸੇਖੋਂ ਨੇ ਪੰਜਾਬ ਅੰਦਰ ਪੋਸਟ ਦੇ ਠੇਕੇ ਖੋਲਣ ਦੀ ਮੰਗ ਕੀਤੀ ਉਹਨਾਂ ਮੰਗ ਕੀਤੀ ਕਿ ਜੇ ਪੰਜਾਬ ਦੇ ਜਵਾਨੇ ਨੂੰ ਬਚਾਉਣਾ ਹੈ ਤਾਂ ਪੰਜਾਬ ਅੰਦਰ ਪੋਸਟ ਦੇ ਠੇਕੇ ਖੋਲੇ ਜਾਣ ਇਹਨਾਂ ਨੇ ਕੀ ਕੀਤਾ ਕੁਝ ਨਹੀਂ ਕੀਤਾ ਮੀਟਿੰਗ ਹੀ ਨਹੀਂ ਕੀਤੀ ਇਹਨੂੰ ਫਿਕਰੀ ਨਹੀਂ ਪ੍ਰਵਾਹ ਨਹੀਂ ਕਿਉਂਕਿ ਅਣਾੜੀ ਬੰਦਾ ਹੈ ਦੂਜੀ ਗੱਲ ਆ ਬਾਦਲ ਸਾਹਿਬ ਤੇ ਮੇਰੇ ਕੋਲੇ ਹਰ ਰੋਜ਼ ਜਦੋਂ ਮੀਂਹ ਪੈਣੇ ਸ਼ੁਰੂ ਹੋ ਜਾਂਦੇ ਸੀ ਡੈਮ ਦਾ ਕੀ ਲੈਵਲ ਹੈ ਉਹ ਸਾਡੇ ਕੋਲੇ ਆਉਂਦਾ ਸੀ ਹਰ ਰੋਜ਼ ਅੱਜ ਇੰਨੇ ਫੁੱਟ ਤੇ ਪਾਣੀ ਅੱਜ ਇੰਨੇ ਫੁੱਟ ਤੇ ਪਾਣੀ ਹੈ ਜਿਵੇਂ ਤੇ ਨਾਲੇ ਡਿਪਾਰਟਮੈਂਟ ਵਾਲਾ ਦੱਸਦਾ ਦੱਸ ਦਿੰਦਾ ਸੀ ਕਿ ਇੰਨੇ ਦਿਨਾਂ ਚ ਮੀਂਹ ਪੈਣਾ ਜੀ ਇੰਨਾ ਮੀਂਹ ਪੈ ਸਕਦਾ ਹੈ ਅਸੀਂ ਹੌਲੀ ਹੌਲੀ ਪਾਣੀ ਉਦੋਂ ਹੀ ਕੱਢਣਾ ਸ਼ੁਰੂ ਕਰ ਦਿੰਦੇ ਹੁੰਦੇ ਸੀ ਇਹਨਾਂ ਨੇ ਕੋਈ ਮੀਟਿੰਗ ਨਹੀਂ ਕੋਈ ਪ੍ਰਵਾਨ ਨਹੀਂ ਪਾਣੀ ਕੱਢਿਆ ਹੀ ਨਹੀਂ ਭਰੀ ਗਿਆ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਵੱਲੋਂ ਅੱਜ ਇੰਦੌਰ ਵਿੱਚ ਇੱਕ ਸਮਾਰੋਹ ਦੌਰਾਨ ਇੰਡੀਆ ਸਮਾਰਟ ਸਿਟੀ ਅਵਾਰਡ 2022 ਲਈ 56 ਅਵਾਰਡ ਦਿੱਤੇ ਗਏ ब्रिलियंट कन्वेंशन सेंटर ਵਿੱਚ ਰਾਜਪਾਲ ਮੰਗੂ ਭਾਈ ਪਟੇਲ ਅਤੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਦੀ ਮੌਜੂਦਗੀ ਵਿੱਚ ਮੱਧ ਪ੍ਰਦੇਸ਼ ਨੂੰ ਬੈਸਟ ਸਟੇਟ ਅਤੇ ਇੰਦੌਰ ਨੂੰ ਬੈਸਟ 스마트 ਸਿਟੀ ਦਾ ਅਵਾਰਡ ਦਿੱਤਾ ਗਿਆ ਮੱਧ ਪ੍ਰਦੇਸ਼ ਦਾ ਅਵਾਰਡ ਸ਼ਹਿਰੀ ਵਿਕਾਸ ਮੰਤਰੀ ਭੁਪਿੰਦਰ ਸਿੰਘ ਨੇ ਤੇ ਇੰਦੌਰ ਦਾ ਅਵਾਰਡ ਪੁਸ਼ ਮਿੱਤਰ ਭਾਰਗਵ ਅਤੇ ਸਮਾਰਟ ਸਿਟੀ ਸੀਈਓ ਦਿਵਯਾਂਕ ਸਿੰਘ ਨੇ ਪ੍ਰਾਪਤ ਕੀਤਾ ਇੰਦੋਰ ਨੂੰ ਦੇਸ਼ ਦੇ ਨੰਬਰ 1 ਸਮਾਰਟ ਸਿਟੀ ਦੇ ਨਾਲ ਨਾਲ ਅਰਬਨ এনवायरमेंट, ਵਾਟਰ ਸੈਨੀਟੇਸ਼ਨ ਸਮਿਥ ਹੋਰ ਸ਼੍ਰੇਣੀਆਂ ਵਿੱਚ ਪਹਿਲਾ ਸਥਾਨ ਤੇ ਤਿੰਨ ਹੋਰ ਸ਼੍ਰੇਣੀਆਂ ਵਿੱਚ ਦੂਜੇ ਸਥਾਨ ਦੇ ਨਾਲ ਕੁੱਲ 7 ਅਵਾਰਡ ਮਿਲੇ ਇਸ ਲੜੀ ਤਹਿਤ ਦੇਸ਼ ਭਰ ਵਿੱਚ ਸੂਰਤ ਅਤੇ ਗੁਜਰਾਤ ਨੇ ਦੂਜਾ ਜਦਕਿ ਆਗਰਾ ਨੇ ਤੀਜਾ ਸਥਾਨ ਹਾਸਲ ਕੀਤਾ ਮੱਧ ਪ੍ਰਦੇਸ਼ ਨੂੰ ਦੇਸ਼ ਦੇ ਨੰਬਰ 1 ਰਾਜ ਦਾ ਅਵਾਰਡ ਵੀ ਦਿੱਤਾ ਗਿਆ ਕੇਂਦਰੀ ਮੰਤਰੀ ਹਰਦੀਪ ਸਿੰਘ ਪੂਰੀ ਨੇ ਪ੍ਰੋਗਰਾਮ ਦੀਆਂ ਤਸਵੀਰਾਂ ਇੰਸਟਾਗ੍ਰam ਤੇ ਸਾਂਝੀਆਂ ਕੀਤੀਆਂ ਹਨ ਤਸਵੀਰਾਂ ਸਾਂਝੀਆਂ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ ਪ੍ਰਧਾਨ ਮੰਤਰੀ ਨરેન્દ્ર ਮੋਦੀ ਦੀ ਅਗਵਾਈ ਵਿੱਚ ਨਵਾਂ ਪਾਤ ਲਗਾਤਾਰ ਤਰੱਕੀ ਕਰ ਰਿਹਾ ਤੇ ਨਵੇਂ ਰਿਕਾਰਡ ਬਣਾ ਰਿਹਾ ਹੈ ਚੀਨ ਦੇ ਹਾਂਗਜੂ ਵਿੱਚ ਚੱਲ ਰਹੀਆਂ 19ਵੀਆਂ ਏਸ਼ੀਆਈ ਖੇਡਾਂ ਦੇ ਚੌਥੇ ਦਿਨ ਅੱਜ ਬੁੱਧਵਾਰ ਨੂੰ ਫਰੀਦਕੋਟ ਦੇ ਖਿਡਾਰੀ ਸਿਫਤ ਕੌਰ ਨੇ 50 ਮੀਟਰ 에어 ਰਾਈਫਲ 3 ਪੋਜੀਸ਼ਨ ਵਿੱਚ ਵਰਲਡ ਰਿਕਾਰਡ ਦੇ ਨਾਲ ਸੋਨ ਤਮਗਾ ਜਿੱਤਿਆ। ਇਸ ਦਰਾਂ ਪਿਸਟਲ ਟੀਮ ਮੁਕਾਬਲੇ ਵਿੱਚ ਵੀ ਭਾਰਤੀ ਮਹਿਲਾ ਟੀਮ ਨੇ ਸੋਨ ਤਮਗਾ ਜਿੱਤਿਆ। ਭਾਰਤੀ ਨਿਸ਼ਾਨੇਬਾਜ਼ ਮਨੂ ਪਾਕਰ, ਈਸ਼ਾ ਸਿੰਘ ਅਤੇ ਰਿਦਮ ਸਾੰਗਵਾ ਨੇ 25 ਮੀਟਰ ਰੈਪਿਡ ਪਿਸਟਲ ਮੁਕਾਬਲੇ ਵਿੱਚ ਸੋਨੇ ਦਾ ਤਮਗਾ ਜਿੱਤਿਆ। ਇਸ ਤੋਂ ਪਹਿਲਾਂ 50 ਮੀਟਰ 에어 ਰਾਈਫਲ 3 ਪੋਜੀਸ਼ਨ ਵਿੱਚ ਭਾਰਤੀ ਮਹਿਲਾਵਾਂ ਦੀ ਟੀਮ ਨੇ ਸਿਲਵਰ ਮੈਡਲ ਜਿੱਤਿਆ ਸੀ। ਹੁਣ ਤੱਕ ਏਸ਼ੀਅਨ ਖੇਡਾਂ ਵਿੱਚ ਭਾਰਤ ਨੇ 21 ਤਮਗੇ ਜਿੱਤੇ ਹਨ ਇਹਨਾਂ ਵਿੱਚ 5 ਸੋਨੇ ਦੇ ਤਮਗੇ ਵੀ ਸ਼ਾਮਲ ਹਨ ਭਾਰਤ ਉੱਤੇ 3 ਸੋਨੇ ਦੇ ਤਮਗੇ ਨਿਸ਼ਾਨੇਬਾਜ਼ੀ ਵਿੱਚ ਆਏ ਹਨ ਇੱਕ ਸੋਨੇ ਦਾ ਤਮਗਾ ਕੋਰਸਬਾਈ ਟੀਮ ਇਵੈਂਟ ਵਿੱਚ ਜਿੱਤਿਆ ਤੇ ਇੱਕ ਸੋਨੇ ਦਾ ਤਮਗਾ ਮਹਿਲਾ ਕ੍ਰਿਕਟ ਟੀਮ ਨੇ ਜਿੱਤਿਆ ਇਸ ਤੋਂ ਇਲਾਵਾ ਭਾਰਤ ਨੇ 6 ਸਿਲਵਰ ਅਤੇ 10 ਕਾਂਸੀ ਦੇ ਤਮਗੇ ਜਿੱਤੇ ਹਨ ਏਸ਼ੀਅਨ ਖੇਡਾਂ ਵਿੱਚ ਤਮਗੀਆਂ ਦੀ ਸੂਚੀ ਵਿੱਚ ਚੀਨ ਪਹਿਲੇ ਸਥਾਨ ਤੇ ਹੈ ਤੇ ਭਾਰਤ 6ਵੇਂ ਸਥਾਨ ਤੇ ਚਲਦਾ ਹੈ ਇਰਾਕ ਵਿੱਚ ਅੱਜ ਬੁੱਧਵਾਰ ਨੂੰ ਇੱਕ ਮੈਰਿਜ ਹਾਲ ਵਿੱਚ ਭਿਆਨਕ ਅੱਗ ਲੱਗ ਗਈ ਜਿਸ ਕਾਰਨ 100 ਤੋਂ ਜ਼ਿਆਦਾ ਵਿਅਕਤੀਆਂ ਦੀ ਜਾਨ ਚਲੀ ਗਈ। ਇਸ ਹਾਦਸੇ ਵਿੱਚ 150 ਤੋਂ ਜ਼ਿਆਦਾ ਵਿਅਕਤੀ ਜ਼ਖਮੀ ਵੀ ਹੋ ਗਏ ਹਨ। ਮੀਡੀਆ ਰਿਪੋਰਟਾਂ ਮੁਤਾਬਕ ਇਹ ਅੱਗ ਇਰਾਕ ਦੇ ਨਿਨੇਬੇ ਪ੍ਰਾਂਦੇ ਹਮਦਾਨੀਆ ਇਲਾਕੇ ਵਿੱਚ ਲੱਗੀ ਹੈ ਤੇ ਅੱਗ ਲੱਗਣ ਦੇ ਅਸਲੀ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਹਾਲਾਂਕਿ ਇਹ ਵੀ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ ਕਿ ਆਤੀਸ਼ਬਾਜ਼ੀ ਤੋਂ ਬਾਅਦ ਮੈਰਿਜ ਹਾਲ ਵਿੱਚ ਅੱਗ ਲੱਗੀ ਹੈ। ਦੱਸਿਆ ਜਾ ਰਿਹਾ ਕਿ ਜਦੋਂ ਮੈਰਿਜ ਹਾਲ ਵਿੱਚ ਅੱਗ ਲੱਗੀ ਤਾਂ ਹਾਲ ਵਿੱਚ 1000 ਦੇ ਕਰੀਬ ਵਿਅਕਤੀ ਮੌਜੂਦ ਸਨ। ਅ ਗੰਦੀ ਸੂਚਨਾ ਮਿਲਦਾ ਹੈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅਤੇ ਐਂਬੂਲੈਂਸਾਂ ਵੀ ਪਹੁੰਚ ਗਈਆਂ ਸਨ ਅੱਗ ਲੱਗਣ ਕਾਰ ਮੈਰਿਜ ਹਾਲ ਪੂਰੀ ਤਰ੍ਹਾਂ ਖਤਮ ਹੋ ਗਿਆ ਤੇ ਇਸ ਹਾਦਸੇ ਵਿੱਚ ਜਾਨ ਗਵਾਉਣ ਵਾਲਿਆਂ ਦੀ ਗਿਣਤੀ ਹੋਰ ਵੀ ਵਧਣ ਦਾ ਖਤਰਾ ਹੈ ਇਰਾਕ ਦੇ ਪ੍ਰਧਾਨ ਮੰਤਰੀ ਨੇ ਇਸ ਘਟਨਾ ਦੀ ਜਾਂਚ ਦੇ ਨਿਰਦੇਸ਼ ਦਿੱਤੇ ਹਨ ਤੇ ਪੀੜਤ ਵਿਅਕਤੀਆਂ ਨੂੰ ਜਲਦੀ ਤੋਂ ਜਲਦੀ ਮਦਦ ਮੁਹੱਈਆ ਕਰਵਾਉਣ ਲਈ ਕਿਹਾ ਗਿਆ ਹੈ ਫਿਲਹਾਲ ਅੱਜ ਦੀਆਂ ਖਬਰਾਂ ਦੇ ਵਿੱਚ ਐਨਾ ਹੀ ਹੋਰ ਖਬਰਾਂ ਲਈ ਵੇਖਦੇ ਰਹੋ ਪ੍ਰਵਾਸੀ ਟੀਵੀ ਮੈਂ ਦੇ ਇਜਾਜ਼ਤ ਧੰਨਵਾਦ